ਵਿਦੇਸ਼ ਜਾਣ ਦੇ ਚਾਅ ਵਿਚ ਕਈ ਨੌਜਵਾਨ ਬਹੁਤ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਲੁਧਿਆਣਾ ਦੇ ਇਮੀਗ੍ਰੇਸ਼ਨ ਏਜੰਟ ਨੇ ਇੱਕ ਪਤੀ ਪਤਨੀ ਤੋਂ ਇੰਗਲੈਂਡ ਭੇਜਣ ਲਈ 10 ਲੱਖ ਰੁਪਏ ਲਏ, ਨਾ ਤਾਂ ਉਹਨਾਂ ਦਾ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਏਜੰਟ ਤੋਂ ਪਰੇਸ਼ਾਨ ਹੋ ਕੇ ਪਤੀ ਪਤਨੀ ਲੁਧਿਆਣਾ ਅਸ਼ਮੀਤ ਚੌਕ ਦੀ ਟੈਂਕੀ ਉੱਪਰ ਚੜ ਗਏ। ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ, ਜਿਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਨੀਚੇ ਉਤਾਰਨ ਦੀ। ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਬੈਂਕ ਵਿੱਚੋਂ ਕਰਜ਼ਾ ਲੈ ਕੇ ਏਜੰਟ ਨੂੰ ਪੈਸੇ ਦਿੱਤੇ ਸੀ, ਹੁਣ ਜਦੋਂ ਅਸੀਂ ਉਹਨਾਂ ਦੇ ਦਫ਼ਤਰ ਜਾਂਦੇ ਹਾਂ ਤਾਂ ਉਹਨਾਂ ਦੇ ਬੌਂਸਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ, ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਇਹ ਕਦਮ ਚੱਕਿਆ। ਕਾਫੀ ਲੰਬੀ ਕੋਸ਼ਿਸ਼ ਤੋਂ ਬਾਅਦ ਪੁਲਿਸ ਵੱਲੋਂ ਪਤੀ ਪਤਨੀ ਨੂੰ ਨੀਚੇ ਉਤਾਰਿਆ ਗਿਆ ਤੇ ਪੁਲਿਸ ਨੇ ਕੰਪਲੇਨ ਲਿਖ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਪਤੀ ਪਤਨੀ ਨੂੰ ਘਰ ਭੇਜ ਦਿੱਤਾ ਗਿਆ। ਉੱਥੇ ਹੀ ਹੋਰ ਕਈ ਲੋਕ ਸਾਹਮਣੇ ਆਏ ਜੋ ਏਜੰਟ ਦੇ ਠੱਗੇ ਗਏ ਸੀ। ਕੰਪਲੇਨ ਲਿਖ ਕੇ ਪੁਲਿਸ ਨੇ ਏਜੰਟ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਇਹਨਾਂ ਨੇ ਆਪਸ ਵਿੱਚ ਕਰਿਆ ਹੋਣਾ ਵੀ ਇਸੇ ਕਰਕੇ ਤਾਂ ਹਾਂਜੀ ਹਾਂ ਨੀਚੇ ਲਾ ਲਿਆ। ਹਾਂਜੀ ਹਾਂ ਆਪਦੀ ਮਰਜ਼ੀ ਆ, ਜ਼ਿਆਦਾ ਪੁਲਿਸ ਨੇ ਕੋਈ ਕਾਰਵਾਈ ਕਰੀ ਹੈਗੀ ਇਹਦੇ ਕਰਕੇ। ਗੱਲਬਾਤ ਇਹੀ ਹੈ ਜੀ ਵੀ ਪੁਲਿਸ ਜੋ ਐਸ ਪਰ ਲੋਅ ਬਣਦਾ, ਅਸੀਂ ਦੇਖੋ ਲੋਅ ਦੇ ਅਧੀਨ ਦਾਇਰੇ 'ਚ ਰਹਿ ਕੇ ਕੰਮ ਕਰਨਾ, ਤਾਂ ਜੋ ਵੀ ਐਸ ਪਰ ਲੋਅ ਬਣਦੀ ਕਾਰਵਾਈ ਹੈ ਉਹ ਜ਼ਰੂਰ ਕਰਾਂਗੇ। ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਔਰ ਟਾਈਮਲੀ ਪ੍ਰਾਇਰਟੀ ਬੇਸਿਸ 'ਤੇ ਕਰਾਂਗੇ। ਸਾਰਿਆਂ ਨੂੰ ਇਹੀ ਦਿੱਤਾ ਜੀ, ਦੇਖੋ ਕਾਫੀ ਜਿਹੜੇ ਤੁਸੀਂ ਮਲਟੀਪਲ ਕੰਪਲੇਨੈਂਟ ਕਹਿ ਰਹੇ ਸੀ ਇੱਥੇ ਆਏ, ਸਾਰਿਆਂ ਤੋਂ ਅਸੀਂ ਕੰਪਲੇਂਟਸ ਲੈ ਲਈਆਂ। ਉਹਨਾਂ ਨੂੰ ਕਿਹਾ ਕਿ ਟਾਈਮ ਬਾਊਂਡ ਤਰੀਕੇ ਦੇ ਨਾਲ ਸਾਰਿਆਂ ਦੀ ਕੰਪਲੇਂਟ ਦਾ ਵੈਰੀਫਾਈ ਕੀਤਾ ਜਾਊਗਾ, ਦੇਖੋ ਐਵੀਡੈਂਸ ਜੋ ਵੀ ਹੈ ਕਲੈਕਟ ਕੀਤਾ ਜਾਊਗਾ ਐਂਡ ਕਾਰਵਾਈ ਕੀਤੀ ਜਾਊਗੀ। ਪਹਿਲੇ ਹੀ ਦਰਜ ਕੀਤਾ ਹੋਇਆ, ਸੋ ਅੱਗੇ ਹੁਣ ਕੀ ਉਸ 'ਚ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ? ਕੀ ਗੱਲਬਾਤ ਹੋਈ, ਕੋਈ ਇਮੀਗ੍ਰੇਸ਼ਨ ਨਾਲ ਗੱਲਬਾਤ ਹੋਈ ਤੁਹਾਡੀ ਇਸ ਮਾਮਲੇ 'ਚ? ਹਾਲੇ ਮੇਰੀ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜੀ। ਉਹਨਾਂ ਨੂੰ ਆਪਦਾ ਪੱਖ ਪੇਸ਼ ਕਰੋ, ਜ਼ਰੂਰ ਇੱਕ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਊਗਾ ਪੱਖ ਪੇਸ਼ ਕਰਨ ਦਾ, ਅਤੇ ਇਹਨਾਂ ਨੂੰ ਵੀ ਆਪਣੇ ਸਾਰੇ ਜਿਹੜੇ ਐਲੀਗੇਸ਼ਨ, ਦੇਖੋ ਇੱਕ ਐਲੀਗੇਸ਼ਨ ਹੁੰਦੇ ਆ, ਅਸੀਂ ਲੋਅ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ, ਉਹਨਾਂ ਨੂੰ ਵੈਰੀਫਾਈ ਕਰਨਾ ਵੀ ਜ਼ਰੂਰੀ ਹੈ। ਤਾਂ ਜੋ ਵੀ ਇਹਨਾਂ ਦੇ ਐਲੀਗੇਸ਼ਨ ਨੇ, ਇਹਨਾਂ ਕੋਲ ਸਬਸਟੈਂਸ਼ੀਅਲ ਪ੍ਰੂਫਸ ਨੇ, ਤਾਂ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਊਗਾ ਅਤੇ ਜੋ ਬਣਦੀ ਕਾਰਵਾਈ ਹੈ ਉਸ ਹਿਸਾਬ ਨਾਲ ਲਿਆਂਦੀ। ਜੋ ਦੇਖੋ ਆਪੇ ਉੱਤਰ ਕੇ ਆਏ ਨੇ ਐਂਡ ਜੋ ਇੱਕ ਵਾਰੀ ਪ੍ਰਾਈਮ ਆਫ ਏਸੀ ਦੇਖਣ ਤੋਂ ਲੱਗ ਰਿਹਾ ਤਬੀਅਤ ਬਿਲਕੁਲ ਠੀਕ ਹੈ, ਬਾਕੀ ਅਸੀਂ ਡਾਕਟਰ ਐਂਬੂਲੈਂਸ ਬੁਲਾਈ ਹੋਈ ਹੈ, ਇੱਕ ਵਾਰੀ ਇਹਨਾਂ ਦਾ ਚੈੱਕਅਪ ਵੀ ਕਰਾ ਲਓ।